ਪਾਰਤੀ ਸੰਗੀਤ ਜਗਤ ਦੇ ਮਹਾਨ ਸੰਗੀਤ ਸ਼ਾਸਤਰੀ ਤਪੱਸਵੀ ਸਾਦਗੀ ਦੇ ਮਜਸਮੇ ਤਾਲ ਮਾਰਤੰਡ ਅਤੇ ਪੰਜਾਬ ਘਰਾਣੇ ਦੇ ਖਲੀਫਾ ਮਰਹੂਮ ਸੰਗੀਤ ਆਚਾਰੀਆ 우ਸਤਾਦ ਲਸ਼ਮਣ ਸਿੰਘ ਸੇਨ ਜੀ ਦੇ ਪਰਲੋਕ ਗਮਨ ਤੇ ਮੈਂ ਗੁਰੂ ਜੀ ਨੂੰ ਸ਼ਰਧਾਪੂਰਵਕ ਅਤੇ ਪਾਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਗੁਰਜੀ ਕੋਲ ਮੈਨੂੰ ਲਗਭਗ 24-25 ਸਾਲ ਤਬਲਾ ਸਿਖੰਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਜੀ ਕੀਆ ਕਰਦੇ ਸਨ ਕਿ ਪੰਜਾਬ ਘਰਾਣਾ ਪਖਾਵਜੀਆਂ ਦਾ ਘਰਾਣਾ ਹੈ ਪੰਜਾਬ ਵਿੱਚ ਧਰੁਪਦ ਤਮਾਰ ਦੇ ਅਲੋਪ ਹੋ ਜਾਣ ਕਾਰਨ ਪਖਾਵਜ ਵੀ ਅਲੋਪ ਹੋ ਗਿਆ ਹੈ ਪੰਜਾਬ ਘਰਾਣੇ ਦੇ ਪਖਾਵਜ ਨੂੰ ਮੁੜ ਸਰਜੀਤ ਕਰਨ ਦੀ ਗੁਰੂ ਜੀ ਦੀ ਦੂਰ ਅੰਦੇਸ਼ੀ ਸੋਚ ਕਾਰਨ ਗੁਰੂ ਜੀ ਨੇ ਪਖਾਵਜ ਦੀ ਤਾਲੀਮ ਲਈ ਮੇਰੀ ਚੋਣ ਕੀਤੀ ਤੇ ਇਹ ਵੀ ਕਿਹਾ ਕਿ ਤੇਰੀ ਚੋਣ ਮੈਂ ਨਹੀਂ ਪ੍ਰਮਾਤਮਾ ਨੇ ਕੀਤੀ ਹੈ ਫਿਰ ਗੁਰੂ ਜੀ ਨੇ ਮੈਨੂੰ ਲਗਭਗ 10-12 ਸਾਲ ਪੰਜਾਬ ਘਰਾਣੇ ਦੇ ਲਾਹੌਰ ਬਾਜ ਦੇ ਪਖਾਵਜ ਦਾ ਗੂਜਾ ਸਬਕ ਆਲਾ ਦਰਜੇ ਦਾ ਸਬਕ ਮੇਰੇ ਚੋਲੀ ਪਾਇਆ ਅਤੇ ਪੰਜਾਬ ਘਰਾਣੇ ਦੇ ਪਖਾਵਜ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਜੀ ਨੇ ਮੈਨੂੰ ਹੁਕਮ ਕੀਤਾ ਗੁਰੂ ਜੀ ਨੇ ਮੇਰੇ ਹੋਰ ਅਨੇਕਾਂ ਗੁਰਪਾਈਆਂ ਨੂੰ ਬਾ ਕਮਾਲ ਤਬਲੇ ਦੀ ਤਾਲੀਮ ਦਿੱਤੀ ਜਿਨ੍ਹਾਂ ਵਿੱਚੋਂ ਕੁਝ ਗੁਰਪਾਈ ਮਹਾਨ ਤਬਲਾ ਨਿਵਾਜ਼ ਹਨ ਅਤੇ ਸੰਸਾਰ ਵਿੱਚ ਪ੍ਰਸਿੱਧ ਹਨ ਮੇਰੇ ਗੁਰਪਾਈਆਂ ਵਿੱਚੋਂ ਗੁਰੂ ਜੀ ਕੋਲੋਂ ਪਖਾਵਜ ਸਿੱਖਣ ਦਾ ਸੁਭਾਗ ਮੈਨੂੰ ਹੀ ਪ੍ਰਾਪਤ ਹੋਇਆ ਜੋ ਕਿ ਮੇਰੇ ਵਾਸਤੇ ਇੱਕ ਫਖਰ ਵਾਲੀ ਗੱਲ ਹੈ ਗੁਰੂ ਜੀ ਬਿਨਾ ਇਵਜ ਲੈ ਬਿਨਾ ਪੇਧ ਪਾਵ ਅਤੇ ਇਮਾਨਦਾਰੀ ਨਾਲ ਤਾਲੀਮ ਦੇਂਦੇ ਸਨ ਗੁਰੂ ਜੀ ਦਾ ਤਾਲੀਮ ਦੇਣ ਦਾ ਢੰਗ ਲਾਜਵਾਬ ਸੀ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਗੁਰੂ ਜੀ ਦੇ ਹੁਕਮਾਂ ਦੀ ਤਾਮੇਲ ਕਰਦੇ ਹੋਏ ਅੰਤਲੇ ਸਮੇਂ ਤੱਕ ਪਖਾਵਜ ਦਾ ਪ੍ਰਚਾਰ ਪ੍ਰਸਾਰ ਕਰਦਾ ਰਹਾਂਗਾ ਇਹ ਕਾਰਜ ਸੰਗੀਤ ਪ੍ਰੇਮੀਆਂ ਅਤੇ ਸੰਗੀਤ ਸੰਸਥਾਾਂਵਾਂ ਅਤੇ ਸੰਗੀਤ ਦੇ ਪ੍ਰਮੋਟਰਾਂ ਦੇ ਸਹਿਯੋਗ ਨਾਲ ਹੀ ਸਫਲ ਹੋ ਸਕਦਾ ਹੈ ਆਖਰ ਵਿੱਚ ਮੈਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਪ੍ਰਸ਼ਾਦ ਰੂਪੇ ਸਬਕ ਦੀ ਇੱਕ ਗਤ ذریعے ਗੁਰੂ ਜੀ ਨੂੰ ਸ਼ਰਧਾਂਜਲੀ ਅਰਪਣ ਕਰਨ ਜਾ ਰਹੇ ਹਾਂ ਧੁੰਗਿਤ ਟਟ ਟਟ ਤਾਗੇ ਟਟ ਤਾਕਾਦ ਰਿ ਗੇ ਤੇ ਟਟ ਟਕਾ ਗੇ ਧੂਂ ਕਿਰਤਾ ਤਾ ਅਗੇ ਤਿ ਗੇ ਤਾ ਤਾਗੇ ਟਟ ਤਾਕਾਦ ਗੜਾ ਧੂਂ ਕ ਤ ਗੜਾ ਤਗਣਾ ਗੜਾ ਤਗੜ ਤਟਕਾ ਗੇ ਧੂਂ ਕਿਰਤਾ ਤਾ ਅਗੇ ਤਿ ਤਾ ਤਾਗੇ ਟਟ ਤਾਕਾਦ ਗੜਾ ਧੂਂ ਕ ਤ ਗੜਾ ਤਗਣਾ ਗੜਾ ਤਗੜ ਦਤ ਟਕਾ ਗੇ ਧੂਂ ਕਿਰਤਾ ਤਾ ਅਗੇ ਤਿ ਤਾ ਤਾਗੇ ਟਟ ਤਾਕਾਦ ਗੜਾ ਧੂਂ ਕ ਤ ਗੜਾ ਤਗਣਾ ਗੜਾ ਬਤ ਕੋ ਜਨਾ ਕਹਿੰਦੇ ਹੋਆ ਮੈਂ ਖੇਮਾ ਦੀ ਜਾਚ ਨਾ ਕਰਦਾ ਹਾਂ ਭੁੱਲਣ ਚੁਕਾਂ ਦੀ ਮਾਫੀ ਗੁਰੂ ਜੀ ਦਾ ਨਿਮਾਣਾ ਜਿਹਾ ਸ਼ਗਿਰਦ ਪ੍ਰੋਫੈਸਰ ਹਰਪਜਨ ਸਿੰਘ ਤਾਰੀਵਾਲ ਪਖਾਬਜੀ ਲਾਹੌਰ ਬਾਜ਼ ਪੰਜਾਬ ਕਰਾਨਾ